ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਇਸ ਗਿੱਧੇ ਦੇ ਪਿੱਛੇ ਚੱਲ ਰਹੇ ਬੋਲਾਂ ਨੂੰ ਅਸੀਂ ਮਿਊਟ ਕਰ ਰਹੇ ਹਾਂ, ਕਿਉਂਕਿ ਸੋਸ਼ਲ ਮੀਡੀਆ 'ਤੇ ਇਹ ਕਾਪੀਰਾਈਟ ਦਾ ਇਸ਼ੂ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਜਨਾਨੀਆਂ ਧੀਆਂ ਮਨਾ ਰਹੀਆਂ ਹਨ, ਉਹ ਵੀ ਇੱਕ ਮੰਦਿਰ ਦੇ ਵਿੱਚ, ਜਿੱਥੇ ਆਸ ਪਾਸ ਤੁਹਾਨੂੰ ਧਿਆਨ ਨਾਲ ਵੇਖੋਗੇ ਤਾਂ ਸ਼ਰੇਆਮ ਦੇਵੀ ਦੇਵਤਾ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ। ਇਸ ਮੰਦਿਰ ਪਰਿਸਰ ਦੇ ਵਿੱਚ ਤੀਆਂ ਦੇ ਬਹਾਨੇ ਡੀਜੇ ਲਾਇਆ ਗਿਆ ਅਤੇ ਗਾਣੇ ਚੱਲੇ, ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਈ ਸਰਦਾਰਾ, ਅਤੇ ਦੂਜਾ ਗਾਣਾ ਸੀ ਚੁੱਕ ਚੁੱਕ ਪਹੁੰਚੇ ਔਰਕਾਨ ਬਣੀ ਜਾਂਦੀ ਹੈ, ਚੋਬਰਾਂ ਦੀ ਮੌਤ ਦਾ ਸਮਾਨ ਬਣੀ ਜਾਂਦੀ ਹੈ। ਜੀ ਹਾਂ, ਅਜਿਹੇ ਹੀ ਹੋਰ ਗਾਣਿਆਂ 'ਤੇ ਇਹ ਜਨਾਨੀਆਂ ਸ਼ਰੇਆਮ ਨੱਚੀਆਂ, ਬੇਸ਼ਰਮ ਹੋ ਕੇ ਨੱਚੀਆਂ ਅਤੇ ਧਰਮ ਨੂੰ ਇੱਕ ਪਾਸੇ ਰੱਖ ਦਿੱਤਾ ਗਿਆ। ਇਹ ਹਿੰਦੂ ਧਰਮ ਦੇ ਲਈ ਬਹੁਤ ਹੀ ਸ਼ਰਮਨਾਕ ਗੱਲ ਵੀ ਕਹਿ ਸਕਦੇ ਹਾਂ ਕਿ ਇੱਕ ਮੰਦਿਰ ਦੇ ਵਿੱਚ ਸ਼ਰੇਆਮ ਡੀਜੇ ਲਾ ਕੇ ਇਹਨਾਂ ਨੇ ਫਿਲਮੀ ਤਰਜ਼ਾਂ ਦੇ ਉੱਪਰ ਉਹ ਗਾਣੇ ਗਾਏ ਜੋ ਕਿ ਸ਼ਰਮਸਾਰ ਕਹਿ ਸਕਦੇ ਹਾਂ ਮੰਦਿਰ ਦੀ ਮਰਿਆਦਾ ਦੇ ਅਨੁਸਾਰ। ਇਸ ਦੇ ਵਿੱਚ ਮੰਦਿਰ ਕਮੇਟੀ ਵੀ ਜ਼ਿੰਮੇਵਾਰ ਕਹਿ ਸਕਦੇ ਹਾਂ, ਮੰਦਿਰ ਦਾ ਪ੍ਰਧਾਨ, ਮੰਦਿਰ ਦੇ ਪੰਡਿਤ, ਇਹਨਾਂ ਕਿਸੇ ਨੇ ਵੀ ਇਹਨਾਂ ਜਨਾਨੀਆਂ ਨੂੰ ਨਹੀਂ ਰੋਕਿਆ। ਇਹ ਵੀਡੀਓ ਸ਼੍ਰੀ ਮੁਕਤਸਰ ਸਾਹਿਬ ਦੇ ਬਰੀਵਾਲਾ ਮੰਡੀ ਦੀ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਔਰਤਾਂ ਇਸ ਮੰਦਿਰ ਦੀ ਮਹਿਲਾ ਮੰਡਲ ਦੀਆਂ ਮੈਂਬਰਾਂ ਹਨ ਅਤੇ ਤੀਆਂ ਦੇ ਨਾਂ 'ਤੇ ਹੀ ਇਸ ਮੰਦਿਰ ਦੇ ਵਿੱਚ ਇਹਨਾਂ ਨੇ ਇਹ ਫਿਲਮੀ ਗਾਣਿਆਂ 'ਤੇ ਠੁਮਕੇ ਲਾਏ। ਬਟ ਜੀ, ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਹੈ ਬਰੀਵਾਲਾ ਮੰਡੀ, ਜਿੱਥੇ ਮੰਦਿਰ ਵਿੱਚ ਡੀਜੇ ਲਗਾ ਕੇ ਔਰਤਾਂ ਵੱਲੋਂ ਡਾਂਸ ਕੀਤਾ ਜਾ ਰਿਹਾ, ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ। ਬਾਕੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ, ਇਹ ਸਨਾਤਨ ਧਰਮ ਲਈ, ਖਾਸ ਕਰਕੇ ਹਿੰਦੂ ਧਰਮ ਲਈ ਜਾਂ ਧਰਮ ਦੇ ਲਈ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ। ਮੈਂ ਇਸ ਵਿਸ਼ੇ ਵਿੱਚ ਉਹਨਾਂ ਦੇ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ ਅਤੇ ਪ੍ਰਧਾਨ ਜੀ ਕਹਿੰਦੇ ਵੀ ਮੇਰੀ ਨੌਲੇਜ 'ਚ ਤਾਂ ਇਹ ਗੱਲ ਆਈ ਨਹੀਂ, ਅਤੇ ਮੈਨੂੰ ਤਾਂ ਇਹਦਾ ਕੱਲ੍ਹ ਪਤਾ ਲੱਗਿਆ ਅਤੇ ਮੈਂ ਗੱਲ ਕੀਤੀ ਹੈ ਅਤੇ ਮੈਂ ਡਾਂਟ ਫਟਕਾਰ ਵੀ ਕੀਤੀ ਹੈ। ਉਸ ਤੋਂ ਬਾਅਦ ਮੈਂ ਪੰਡਿਤ ਜੀ ਨਾਲ ਗੱਲ ਕੀਤੀ ਫੋਨ 'ਤੇ, ਅਤੇ ਪੰਡਿਤ ਜੀ ਕਹਿੰਦੇ ਵੀ ਮੈਂ ਤਾਂ ਉਸ ਦਿਨ ਉੱਥੇ ਹੈ ਨਹੀਂ ਸੀ, ਅਤੇ ਬਾਕੀ ਗੱਲ ਜੋ ਵੀ ਪ੍ਰੋਗਰਾਮ ਕੀਤੇ ਜਾਂਦੇ ਆ ਇਸ ਤਰ੍ਹਾਂ ਮਹਿਲਾ ਮੰਡਲ ਬਣੀਓ, ਉਹਨਾਂ ਨੇ ਕਦੇ ਸਾਨੂੰ ਪੁੱਛਿਆ ਨਹੀਂ ਵੀ ਅਸੀਂ ਕੀ ਪ੍ਰੋਗਰਾਮ ਕਰਨਾ। ਅਤੇ ਜਿਹੜੀ ਖਾਸ ਗੱਲ ਇਹ ਹੈ ਵੀ ਮੈਂ ਉਦੋਂ ਉੱਥੇ ਆਈ ਸੀ, ਮੇਰੀ ਗਾਹਰੀ ਦੇ ਵਿੱਚ ਪ੍ਰੋਗਰਾਮ ਹੋਇਆ, ਅਤੇ ਬਾਕੀ ਦੀ ਜਿਹੜੀ ਸਹੀ ਪ੍ਰਤੀਕਿਰਿਆ ਉਹਦਾ ਉੱਥੋਂ ਦੀ ਮੈਨੇਜਮੈਂਟ ਜਾਂ ਉੱਥੋਂ ਦੇ ਪੀਆਰੀ ਕੀ ਦੇ ਸਕਦੇ ਹੈ ਜੀ? ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੋ ਸਕਦਾ ਇਸ ਤਰ੍ਹਾਂ ਜਿਹੜੇ ਧਰਮ 'ਤੇ? ਜੇ ਇਸ ਦਾ ਜ਼ਿੰਮੇਵਾਰ ਦੇਖੋ ਜੀ, ਪੁਜਾਰੀ ਜੀ ਅਤੇ ਪ੍ਰਧਾਨ ਜੀ ਦੀ ਜ਼ਿੰਮੇਵਾਰੀ ਬਣਦੀ ਆ। ਬਾਕੀ ਪੁਜਾਰੀ ਜੀ ਕਹਿ ਰਹੇ ਆ ਵੀ ਜਿਹੜੀ ਉੱਥੋਂ ਦੀ ਮਹਿਲਾ ਮੰਡਲ ਹੈਗੀ ਆ, ਇਹ ਪ੍ਰੋਗਰਾਮ ਉਹਨਾਂ ਬਾਰੇ ਉਹਨਾਂ ਨੇ ਕੀਤਾ, ਇਹ ਜਾਣਕਾਰੀ ਸਹੀ ਤਾਂ ਉਹ ਦੇ ਸਕਦੇ। ਜੇ ਪੁਜਾਰੀ ਜੀ ਹੈ ਨਹੀਂ ਉੱਥੇ ਤਾਂ ਕਿਹਨਾਂ ਦੀ ਇਜਾਜ਼ਤ ਲੈ ਕੇ ਕੀਤਾ, ਕੀ ਕਿਸ ਤਰ੍ਹਾਂ ਪ੍ਰੋਗਰਾਮ ਹੋਇਆ, ਇਹ ਉਹ ਦੱਸ ਸਕਦੇ ਜ਼ਿਆਦਾ ਜੀ। ਇਹੋ ਜਿਹੀ ਕਿਹੋ ਜਿਹੀ ਸਜ਼ਾ ਹੋਣੀ ਚਾਹੀਦੀ ਤੁਹਾਨੂੰ ਲੱਗਦਾ, ਇਹੋ ਜਿਹੀ ਜਿਹੜੀ ਘਟਨਾਵਾਂ ਹੋਣਗੀਆਂ? ਦੇਖੋ, ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਕੀਤਾ ਅਣਜਾਣੇ ਜਾਣੇ ਦੇ ਵਿੱਚ ਹੋਇਆ, ਤਾਂ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਆ ਔਰ ਅੱਗੇ ਤੋਂ ਇਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਇੱਕ ਸੋਸ਼ਲ ਮੀਡੀਆ 'ਤੇ ਜਾਂਦੇ ਭਗਵਾਨ ਪਰਸ਼ੂਰਾਮ ਕੀ ਜੈ। ਇਹ ਕੱਲ੍ਹ ਸ਼ਾਮ ਨੂੰ ਮੇਰੇ ਕੋਲ ਵੀਡੀਓ ਆਈ ਸੀ ਕਿ ਮੰਦਿਰ ਬਰੀਵਾਲਾ ਦੇ ਵਿੱਚ, ਦੁਰਗਾ ਮੰਦਿਰ ਜਿਹੜਾ ਹੈ ਉੱਥੇ, ਉਹਦੇ ਵਿੱਚ ਇੱਦਾਂ ਡੀਜੇ ਲਾ ਕੇ ਅਤੇ ਮਹਿਲਾਵਾਂ ਜਿਹੜੀਆਂ ਆਮ ਗਾਣਿਆਂ ਦੇ ਉੱਤੇ ਡਾਂਸ ਕਰਦੀਆਂ। ਬਹੁਤ ਹੀ ਮੰਦਭਾਗੀ ਘਟਨਾ ਹਿੰਦੂ ਧਰਮ ਦੀ, ਇਹ ਬੇਅਦਬੀ ਕਰਨ ਵਾਲੇ ਹਿੰਦੂ ਖੁਦ ਨੇ, ਅਜਿਹਾ ਕੰਮ ਨਹੀਂ ਹੋਣਾ ਚਾਹੀਦਾ। ਇਸ ਦੇ ਵਾਸਤੇ ਮੰਦਿਰ ਕਮੇਟੀ ਜਿਹੜੀ ਹੈ ਜਾਂ ਉੱਥੋਂ ਦਾ ਜਿਹੜਾ ਬ੍ਰਾਹਮਣ ਹੈ ਮੰਦਿਰ ਕਮੇਟੀ ਦਾ, ਮੰਦਿਰ ਦਾ, ਉਹ ਜ਼ਿੰਮੇਵਾਰ ਨੇ, ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ। ਜੇ ਉਹਨਾਂ ਨੇ ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਨਾ ਲਿਆ ਤਾਂ ਅਸੀਂ ਬ੍ਰਾਹਮਣ ਸਭਾ ਵੱਲੋਂ ਮੰਦਿਰ ਕਮੇਟੀ ਦੇ ਖਿਲਾਫ਼ ਐਕਸ਼ਨ ਲਵਾਂਗੇ, ਔਰ ਬਕਾਇਦਾ ਜੇਕਰ ਸਾਨੂੰ FIR ਦਰਜ ਕਰਾਉਣੀ ਪਈ ਬੇਅਦਬੀ ਦੀ ਤਾਂ ਅਸੀਂ ਉਹ ਵੀ ਕਰਾਵਾਂਗੇ।
ਇਹ ਸਾਰਾ ਕੰਮ ਜਿਹੜਾ ਇਹ ਬਹੁਤ ਗਲਤ ਹੋਇਆ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੀ ਜਗਰਾਤਿਆਂ ਦੇ ਵਿੱਚ ਭੇਟਾਂ ਦੇ ਉੱਤੇ ਵੀ ਡਾਂਸ ਕਰਦੇ ਹੈ ਉਹ ਵੀ ਨਾ ਹੋਵੇ, ਪਰ ਇੱਥੇ ਦਾ ਸ਼ਰੇਆਮ ਮੰਦਰ ਦੇ ਹਾਲ ਦੇ ਵਿੱਚ ਸ਼ਰੇਆਮ ਹੀ ਡੀ ਜੇ ਲਾ ਕੇ, ਔਰ ਇਹ ਲੱਗਦਾ ਜਿਵੇਂ ਕਿਸੇ ਵਿਆਹ ਦੇ ਉੱਤੇ ਗਿੱਧਾ ਪਈ ਜਾਂਦਾ, ਭੰਗੜਾ ਪਈ ਜਾਂਦਾ, ਔਰ ਅਸ਼ਲੀਲ ਡਾਂਸ ਕਿਸੇ ਤਰ੍ਹਾਂ ਦੇ ਵਿੱਚ ਉਹ ਵੀ ਹੈ। ਵਧੀਆ ਡਰੈੱਸਾਂ ਪਾ ਕੇ ਐਂ ਲੱਗਦਾ ਵੀ ਉਹ ਜਿਵੇਂ ਉੱਥੇ ਡਾਂਸ ਹੀ ਕਰਨ ਆਏ ਸੀ, ਕੋਈ ਪ੍ਰਭੂ ਦਾ ਸਿਮਰਨ ਕਰਨ ਆਏ ਸੀ। ਇਸ ਲਈ ਇਹਨਾਂ ਦੇ ਖਿਲਾਫ਼ ਸਭ ਤੋਂ ਸਖ਼ਤ ਐਕਸ਼ਨ ਜਿਹੜਾ ਉਹ ਪ੍ਰਬੰਧਕੀ ਕਮੇਟੀ ਨੂੰ ਲੈਣਾ ਚਾਹੀਦਾ, ਨਹੀਂ ਤਾਂ ਅਸੀਂ ਪ੍ਰਬੰਧਕੀ ਕਮੇਟੀ ਦੇ ਖਿਲਾਫ਼ ਜਿਹੜੀ ਹੈ ਉਹ ਆਵਾਜ਼ ਉਠਾਵਾਂਗੇ।